Okay, truly, truly enjoying the interview, and hopefully you're enjoying the interview as well. So back to Rafaqat Ali Khan sahab. Sir, tohde album je us de vich obviously Rishi ji hona de vi Tiger Style unhone vi kita, I think Cam ne vi kita ohde vich western sort of beat den waste. ਉਸਦੇ ਬਾਰੇ ਥੋੜ੍ਹੇ ਦੱਸੋ ਕਿਉਂਕਿ ਓਬਵੀਅਸਲੀ ਤੁਸੀਂ ਆਪਣੇ ਵੋਕਲਸ ਕਰਕੇ ਚਲੇ ਗਏ ਔਰ ਇੱਕ ਜ਼ਮਾਨਾ ਵੋਕਲਸ ਕਰਨ ਦਾ ਪਿਛਲੇ ਦੌਰ ਦੇ ਵਿੱਚ ਹੀ ਹੋਵੇਗਾ ਇੱਕ ਜ਼ਮਾਨਾ ਵੋਕਲ ਕਰਨ ਦਾ ਹੁਣ ਦੱਸੋ ਕਿ ਇਹਨੇ ਦੋਨਾਂ ਦੇ ਵਿੱਚ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੁਣ ਬੈਟਰ ਜਾਂ ਪਹਿਲੇ ਬੈਟਰ ਸੀ ਜਦੋਂ ਓਕੈਸਟਰ ਦੇ ਨਾਲ ਗਾਉਣਾ ਪੜਦਾ ਸੀ ਬਟ ਹੁਣ ਥੋੜ੍ਹੇ ਹੈੱਡਫੋਨਸ ਲਾ ਕੇ ਚਲੋ ਗਾ ਦਿਓ ਜੀ ਕਲਿੱਕ ਤੇ ਥੋੜਾ ਆਸਾਨੀ ਹੋ ਗਈ ਅੱਛੀ ਗੱਲ ਹੈ ਅੱਛਾ ਇਟਸ ਗੁੱਡ ਇਟਸ ਹੈਲਪ ਯੂਰ ਵੌਇਸ ਜੀ ਹੈਲਪ ਯੂਰ ਐਨਰਜੀ ਜੀ ਤੁਸੀਂ ਮੋਰ ਐਂਡ ਮੋਰ ਇਨ ਚੀਜ਼ਾਂ ਇਨਪੁਟ ਕਰ ਸਕਦੇ ਹੋ ਜੀ ਲੇਕਿਨ ਇਹ ਕਿ ਆਰਕੈਸਟਰਾ ਦੇ ਨਾਲ ਜਿਹੜਾ ਦੌਰ ਸੀ ਉਦੋਂ ਕਿਉਂਕਿ ਰਿਹਰਸਲਾਂ ਬਹੁਤ ਹੁੰਦੀਆਂ ਸੀ ਹੁਣ ਤਾਂ ਕਹਿੰਦੇ ਯਾਰ ਤੇਰਾ ਗਾਣਾ ਕਰਨਾ ਡਬਿੰਗ ਕਰਨੀ ਕਮ ਟੂ ਦ ਸਟੂਡੀਓ ਕੁਇਕਲੀ ਤੁਸੀਂ ਆਏ ਤੋਂ ਪਹਿਲੀ ਇਹ ਪਹਿਲੀ ਲਾਈਨ ਦਿਓ ਜੀ ਇਹਨੂੰ ਮੈਂ ਕਹਿੰਦਾ ਕਿ ਜੀ ਦਿਸ ਐਂਡ ਦੈਟ ਜੀ ਉਹਨ ਮੈਂ ਕਹਿੰਦਾ ਉਹਨੂੰ ਕਿ ਵੈਰੀ ਨਾਈਸ ਇਟਸ ਗੁੱਡ ਲਿਟਲ ਬਿਟ ਇਸ ਨੋਟ ਇਸ ਗੋਇੰਗ ਹਾਈ ਇਨ ਥੋੜਾ ਜਬ ਇਟਸ ਕਿ ਇਟਸ ਵੈਰੀ ਨਾਈਸ ਜੀ ਲੇਕਿਨ ਇੰਨਾ ਨਹੀਂ ਹੋਣਾ ਇੰਨੀ ਹੈਲਪ ਨਹੀਂ ਲੈਣੀ ਚਾਹੀਦੀ ਆਰਟਿਸਟ ਦੀ ਆਪਣੀ ਵੀ ਇੱਕ ਕੈਪੇਬਿਲਿਟੀ ਹੁੰਦੀ ਜੀ ਉਹਨੂੰ ਵੈਰੀ ਇੰਪੋਰਟੈਂਟ ਬਣਨਾ ਨਹੀਂ ਚਾਹੀਦਾ ਲੇਕਿਨ ਮੈਂ ਜਿਹੜੇ ਟਰੈਕ ਕੀਤੇ ਮੈਂ 3-3 ਮਿੰਟ ਚ ਦਿੱਤੇ ਉਹਨਾਂ ਟਰੈਕ 3-4 ਮਿੰਟ ਦੇ ਅੰਦਰ ਮੈਂ ਦਿੱਤੇ ਜੀ ਉਹਨੇ ਕਿ ਇੱਕ ਫ੍ਰੀ ਸਟਾਈਲ ਸਿੰਗਿੰਗ ਕਰੋ ਰਹਿਮਾਨ ਸਾਹਿਬ ਵੀ ਇਹੀ ਕਰਦੇ ਨੇ ਹਾਂ ਜਿਹੜੇ ਏ ਰਹਿਮਾਨ ਸਾਹਿਬ ਉਹ ਕੀ ਕਰਦੇ ਨੇ ਆਰਟਿਸਟ ਨੂੰ ਬੁਲਾਉਂਦੇ ਨੇ ਕਹਿੰਦੇ ਕਿ ਇਹ ਗਾਣਾ ਹੈ ਇਹਨੂੰ ਤੂੰ ਆਪਣੀ ਮਰਜ਼ੀ ਨਾਲ ਗਾ ਉਹ ਤੋਂ ਜਿਹੜੀਆਂ ਨੇ ਚੀਜ਼ਾਂ ਆਉਂਦੀਆਂ ਉਹਨੂੰ ਕੱਟ 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 ਕਰਕੇ ਉਹਨੂੰ ਜੋੜ ਕੇ ਤੇ ਉਹਨੇ ਜਦੋਂ ਆਰਟਿਸਟ ਦੀ ਕ੍ਰੀਏਟੀਵਿਟੀ ਉਹਦੀ ਕ੍ਰੀਏਟੀਵਿਟੀ ਵੀ ਆ ਜਾਂਦੀ ਹੈ ਉਹਦਾ ਇੱਕ ਸਟਾਈਲ ਹੁੰਦਾ ਦੇਖੋ ਜੀ ਮੇਰਾ ਇੱਕ ਜਨਰ ਹੈਗਾ ਕੰਮ ਕਰਨ ਦਾ ਜੀ ਜਿਹੜਾ ਵੀ ਮੈਂ ਜਦੋਂ ਮਿਊਜ਼ਿਕ ਦੱਸਣ ਜਾਂਦਾ ਨਾ ਕਿਸੇ ਵੀ ਯੂਨੀਵਰਸਿਟੀ 'ਚ ਕਿਸੇ ਕਾਲਜ ਦੇ ਵਿੱਚ ਉੱਥੇ ਮੈਂ ਸਾਰੇ ਸਟੂਡੈਂਟਸ ਕਹਿੰਦਾ ਵੀ ਗਾਣਾ ਸੁਣਾਓ ਪਹਿਲੇ ਕਿਸੇ ਦੀ ਕੁੜੀ ਦਾ ਫੋਕ ਅਗਰ ਆਵਾਜ਼ ਆ ਕਿਸੇ ਦੀ ਗਜ਼ਲ ਅਗਰ ਆਵਾਜ਼ ਆ ਕਿਸੇ ਦੇ ਭੰਗੜੇ ਅਗਰ ਆਵਾਜ਼ ਆ ਤੇ ਉਹਨੂੰ ਉਸ ਤਰ੍ਹਾਂ ਹੀ ਟੀਚ ਕਰਨਾ ਨਾ ਜਦੋਂ ਉਹਦਾ ਇੰਟਰਸਟ ਹੈਗਾ ਜੀ ਜੀ ਉਹਦੇ ਜਨਰਾ 'ਚ ਜਾ ਕੇ ਜੀ ਤੇ ਅੱਜ ਦਾ ਜਿਹੜਾ ਸਟੂਡੀਓ ਹੈ ਵਿਚ ਇਜ਼ ਵੈਰੀ ਵੈਰੀ ਹੈਲਪਫੁਲ ਮੇਰਾ ਆਪਣਾ ਸਟੂਡੀਓ ਹੈ ਲਾਹੌਰ ਦੇ ਵਿੱਚ ਸੋ ਆਈ ਮੇਰਾ ਮਾਈ ਸਨ ਇਜ਼ ਵਰਕਿੰਗ ਵਿਦ ਮੀ ਵਨ ਆਫ ਮਾਈ ਸਨ ਇਜ਼ 12 ਇਅਰਸ ਓਲਡ ਇਜ਼ ਅ ਵੈਰੀ ਗੁੱਡ ਸਿੰਗਰ ਉਹ 3 ਮੁਲਕਾਂ 'ਚ ਫਿਰਿਆ ਹੈ ਉਹਨੇ ਨੋਬਲ ਪੀਸ ਆਰਟ ਸੈਂਟਰ 'ਚ ਵੀ ਗਾਇਆ ਵਾਓ ਸੇ ਵਨ ਇਜ਼ ਸਟੱਡੀਂਗ ਵਿਜ਼ੂਅਲ ਆਰਟਸ ਔਰ ਲੈ ਦੱਬ ਕੇ ਗਾਉਂਦੇ ਉਹਨੇ ਤੇ ਲੈ ਉਡਾ ਕੇ ਰੱਖ ਦਿੱਤੀ ਹੈ ਮੈਂ ਤੁਹਾਨੂੰ ਦਿਖਾਵਾਂਗਾ ਬੱਚੇ ਦਾ ਕਮਾਲ ਵੀ ਇਜ਼ ਔਨ ਯੂਟਿਊਬ ਹਿਸ ਨੇਮ ਇਜ਼ ਬਖਤ ਅਲੀ ਖਾਨ ਜੀ ਆਮ ਨਾਟ ਪ੍ਰੋਮੋਟਿੰਗ ਹਿਮ ਇਜ਼ ਐਬਸੋਲੂਟਲੀ ਗ੍ਰੇਟ ਆਰਟਿਸਟ ਇਨ ਮਾਈ ਆਫ ਮਾਈ ਕੰਟਰੀ ਆਈ ਟੈਲ ਯੂ ਜੀ ਜੀ ਅੱਛਾ ਸੈਕੰਡਲੀ ਜਿਹੜੇ ਪੁਰਾਣੇ ਸਟੂਡੀਓ ਸੀ ਉਹ 12-12 14-14 ਦਿਨ ਰਿਆਜ਼ ਹੁੰਦਾ ਸੀ ਉਹਨਾਂ ਦਾ ਕਰਬ ਲੇਕਿਨ ਉਹ ਬਸੰਤੇ ਪਵਨ ਬਾਗ ਨਾ ਜਾ ਰੇ ਨਾ ਜਾ ਹੁਣ ਇਹ ਗਾਣ ਵਾਸਤੇ ਤੇ ਦੋ ਦਿਨ ਤੇ ਚਾਹੀਦੇ ਯਾਦ ਕਰਨ ਵਾਸਤੇ ਜੀ ਜੀ ਤੇ ਅੱਜ ਕੱਲ੍ਹ ਉਹ ਕਹਿੰਦੇ ਆ ਵੀ ਜਟਕਿਆਂ ਕੋ ਸ਼ੁਰੂ ਹੋ ਜਾ ਮੱਝਾਂ ਮੁੱਝਾਂ ਬੰਨ ਕੇ ਤੇ ਮਾਇਕ ਅੱਗੇ ਨਹੀਂ ਖੜੇ ਹੁੰਦੇ ਨੇ ਜਿਵੇਂ ਹੁਣੇ ਦੁੱਧ ਪੀਤਾ ਚਲੋ ਜੀ ਦੇਖੀ ਜਾਏਗੀ ਰਫਾਕਤ ਸਾਹਿਬ ਪਾਕਿਸਤਾਨ ਦੇ ਤੁਸੀਂ ਆਰਟਿਸਟ ਹੋ ਚਲੋ ਐਕਚੁਅਲੀ ਨਹੀਂ ਗੁਸਤਾਖੀ ਮਾਫ ਆਰਟਿਸਟ ਤੁਸੀਂ ਸਾਰਿਆਂ ਦੇ ਹੋ ਸਭ ਦੇ ਆਰਟਿਸਟ ਹੋ ਪਰ ਅਸੀਂ ਪਾਕਿਸਤਾਨ ਦੇ ਵਿੱਚੋਂ ਆਣ ਕੇ ਆਰਟਿਸਟ ਸਾਰਿਆਂ ਦੇ ਹਾਂ ਗੁਸਤਾਖੀ ਮਾਫ ਤੁਸੀਂ ਪਾਕਿਸਤਾਨ ਦੇ ਵਿੱਚ ਬਾਲੀਵੁੱਡ ਦੇ ਵਿੱਚ ਓਬਵੀਅਸਲੀ ਤੁਹਾਡੇ ਪਲੇਬੈਕ ਸਿੰਗਰ ਚੱਲਦੇ ਉਹ ਥੋੜ੍ਹੇ ਜਿਹੇ ਟ੍ਰਾਂਜੀਸ਼ਨ ਦੱਸੋ ਕਿ ਕਿਹੋ ਜਿਹਾ ਲੱਗਿਆ ਕਿਉਂਕਿ ਇਸ ਤੋਂ ਪਹਿਲਾਂ ਰਾਹਤ ਫਤਿਹ ਅਲੀ ਖਾਨ ਸਾਹਿਬ ਉਹਨਾਂ ਦਾ ਬੜਾ ਸੀ ਇਹ ਟ੍ਰਾਂਜੀਸ਼ਨ ਦੱਸੋ ਕਿ ਥੋੜ੍ਹਾ ਜਿਹਾ ਕਿਉਂ ਜੀ ਤੈਨੂੰ ਇੰਡਸਟਰੀ ਕੈਸੀ ਕਿੱਦਾਂ ਦੀ ਲੱਗ ਰਹੀ ਇੰਡਸਟਰੀ ਤਾਂ ਬਹੁਤ ਵੱਡੀ ਹੈ ਜੀ 100 ਕਰੋੜ ਦੀ ਆਬਾਦੀ 150 ਕਰੋੜ ਦੀ ਆਬਾਦੀ ਹੈ ਔਰ ਉਹਦੇ ਵਿੱਚ ਪਾਕਿਸਤਾਨੀਆਂ ਨੂੰ ਮੈਂ ਸਮਝਦਾ ਕ੍ਰੈਡਿਟ ਗੋਜ਼ ਟੂ ਮਹੇਸ਼ ਭੱਟ ਜੀ ਉਹਨੇ ਪਾਕਿਸਤਾਨੀ ਆਰਟਿਸਟਾਂ ਨੂੰ ਐਗਜ਼ਿਟ ਦਿੱਤਾ ਉਸ ਜੀ ਉਹਨੇ ਹਿੰਦੁਸਤਾਨ 'ਚ ਕੋਈ ਕਮੀ ਨਹੀਂ ਫਨਕਾਰਾਂ ਦੀ ਇਹ ਬਿਲਕੁਲ ਗਲਤ ਗੱਲ ਹੈਗੀ ਕਿ ਪਾਕਿਸਤਾਨ 'ਚ ਜ਼ਿਆਦਾ ਚੰਗੇ ਫਨਕਾਰ ਨੇ ਅਤੇ ਹਿੰਦੁਸਤਾਨ 'ਚ ਇਸ ਤਰ੍ਹਾਂ ਨਹੀਂ ਹੁੰਦਾ ਉੱਥੇ ਵੀ ਉਹਨੇ ਚੰਗੇ ਆਰਟਿਸਟ ਨੇ ਲੇਕਿਨ ਪਾਕਿਸਤਾਨ 'ਚ ਕਿ ਇੰਟਰੈਕਸ਼ਨ ਹੈਗੀ ਹੈ ਕ੍ਰੋਸ ਦ ਬਾਰਡਰ ਜੀ ਉਹ ਜਦੋਂ ਆਉਂਦੀ ਹੈ ਇੰਟਰੈਕਸ਼ਨ ਤਾਂ ਉਹਨੂੰ ਲੋਕ ਜ਼ਿਆਦਾ ਔਨ ਕਰਦੇ ਅਸੀਂ ਗਏ ਹਾਂ ਅਤੇ ਉਹ ਥੋੜ੍ਹਾ ਜਿਹਾ ਡਿਫਰੈਂਟ ਸਟਾਈਲ ਵੀ ਕਿ ਲਾਸਟ 50 and 60 ਈਅਰਸ ਪੀਪਲ ਆਰ ਲਿਸਨਿੰਗ ਲਤਾ ਮੰਗੇਸ਼ਕਰ ਆਸ਼ਾ ਜੀ ਸਰ ਔਰ ਟੀਚਰਸ ਉਸਤਾਦ ਬਿਗੈਸਟ ਪੀਪਲ ਮਹਿੰਦੀ ਹਸਨ ਨੂਰ ਜਨ ਐਵਰੀਬਡੀ ਤੇ ਉਹਨੂੰ ਸੁਣ ਰਹੇ ਸੀ ਲੇਕਿਨ ਕੋਈ ਚੇਂਜ ਜੇ ਕੁਮਾਰ ਸਾਨੂੰ ਵੀ 10 ਸਾਲ ਗਾਉਂਦਾ ਰਿਹਾ ਤੇ ਉਹ ਵੀ ਇਹੀ ਕਰਦਾ ਰਿਹਾ ਕੁਛ ਨਾ ਕਹੋ ਇਹੀ ਕਰਦਾ ਰਿਹਾ ਲੇਕਿਨ ਉਹਨੇ ਇਹ ਨਹੀਂ ਕੀਤਾ ਮੇਰੇ ਮਸਤ ਮਸਤ ਇੱਕ ਨਹੀਂ ਕੀਤਾ ਨਵੀਂ ਆਵਾਜ਼ ਉੱਚੀ ਆਵਾਜ਼ ਜਿਵੇਂ ਸੁਖਵਿੰਦਰ ਸਿੰਘ ਨੇ ਚੇਂਜ ਲੈ ਕੇ ਆਇਆ ਜਸਵਿੰਦਰ ਨਰੋਲਾ ਇੱਕ ਚੇਂਜ ਲੈ ਕੇ ਆਈ ਉਹਦੇ ਵਿੱਚ ਮੈਂ ਚੇਂਜ ਦੇ ਵਿੱਚ ਰੂਪ ਕੁਮਾਰ ਰਾਠੌਰ ਇੱਕ ਚੇਂਜ ਲੈ ਕੇ ਆਇਆ ਕੋਈ ਉਹਨਾਂ 'ਚ ਕੋਈ ਕਿਸ਼ੋਰ ਕੁਮਾਰ ਨਹੀਂ ਹੈਗਾ ਉਹਨਾਂ 'ਚ ਕੋਈ ਰਫੀ ਨਹੀਂ ਹੈਗਾ ਤੇ ਓਨ ਸਟਾਈਲ ਡਿਫਰੈਂਟ ਸਟਾਈਲ ਲੱਗਿਆ ਤੇ ਆਫਟਰ ਓਨ ਸਟਾਈਲ ਟੂ ਡੂ ਡਿਫਰੈਂਟ ਕਾਈਂਡ ਆਫ 뮤직 ਉਹ ਚੀਜ਼ ਜਿਹੜੇ 뮤직 ਡਾਇਰੈਕਟਰ ਵੀ ਆਏ ਉਹ ਵੀ ਤੇਜ਼ ਤਰਾਜ਼ ਦੇ ਜਿਵੇਂ ਸ਼ੰਕਰ ਮਾਦੇ ਨੇ ਬਰ ਮਾਈ ਫੇਵਰਿਟ ਜੀ 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 ਤੇ ਜੇ ਤੁਸੀਂ ਸੁਣੋ ਉਹਨੂੰ ਵਿਦ ਡਿਫਰੈਂਟ ਸਟਾਈਲ ਆਫ ਗਜ਼ਲਸ ਹਰੀਹਰਨ ਨੂੰ ਕਦੀ ਵਾਲ ਇਸ ਤਰ੍ਹਾਂ ਹੋ ਜਾਂਦੇ ਨੇ ਕਦੀ ਦਾੜੀ ਇੰਜ ਹੋ ਜਾਂਦੀ ਕਦੀ ਬਾਜੇ ਤੇ ਪੈ ਜਾਂਦੇ ਕਦੀ ਖੜੇ ਹੋ ਜਾਂਦੇ ਨੇ ਜੀ ਕਦੀ ਤੂਈਰੇ ਤੇਜ਼ ਗਾਉਣ ਦਿਸ ਇਜ਼ ਸਟਾਈਲ ਅੱਜ ਕੱਲ੍ਹ ਦੇ ਦੌਰ ਦੀ ਡਿਮਾਂਡ ਹੈਗੀ ਹਾਂਜੀ ਹਾਂਜੀ ਤੇ ਉਹ ਮੈਂ ਜਦੋਂ ਬਾਲੀਵੁੱਡ ਤੇ ਗਿਆ ਤੇ ਮੈਂ ਉੱਥੇ ਜਾ ਕੇ ਕਲਾਸੀਕਲੀ ਸੁਣਾਇਆ ਸੀ ਕਲਾਸੀਕਲ ਤੋਂ ਬਾਅਦ ਸੂਫੀ ਮਿਊਜ਼ਿਕ ਹਾਂਜੀ ਕਵਾਲੀ ਕਾਈਂਡ ਆਫ ਥਿੰਗਸ ਤੇ ਉੱਥੇ ਰਾਕੇਸ਼ ਰੋਸ਼ਨ ਬੈਠੇ ਸੀ
ਕਾਫੀ ਵੱਡੇ ਵੱਡੇ ਲੋਕ ਬੈਠੇ ਸੀ, ਜਤਿੰਦਰ ਦੇ ਘਰ ਪ੍ਰੋਗਰਾਮ ਹੋਇਆ ਜੀ ਜੀ, ਮੇਰੇ ਕੋਲ ਦੀ ਫੁਟੇਜ ਵੀ ਹੈ ਕਿਆ ਬਾਤ, ਤੇ ਉਹ ਉਹਨਾਂ ਨੇ ਕਿਹਾ ਓ ਮਾਈ ਗੋਡ ਇਟਸ ਅਮੇਜ਼ਿੰਗ ਸਿੰਗਿੰਗ, ਉਹ ਮੈਨੂੰ ਆਪਣੇ ਸਟੂਡੀਓ 'ਚ ਲੈ ਗਏ ਉਹ, ਤੇ ਮੈਂ ਤੇ ਅਲਕਾ ਨੇ ਗਾਣਾ ਗਾਇਆ, ਉਹ ਕ੍ਰਿਸ਼ ਦਾ ਗਾਣਾ ਸੀ, ਮੈਂ ਹੂੰ ਵੋ ਆਸਮ ਔਰ ਤੁਮ ਹੋ, ਜੇ ਟਿਪੀਕਲ ਬੋਡੀ ਬੋਲ ਜੀ ਜੀ, ਔਰ ਇਹ ਆਪਕਾ ਗੀਤ ਹੈ? ਮੇਰਾ ਗੀਤ ਜੀ ਜੀ, ਤੇ ਉਹ ਜੋ ਉਸ ਤੋਂ ਬਾਅਦ ਫਿਰ ਮੈਂ ਮਹੇਸ਼ ਪੜਨਾ ਮੇਰੀ ਮੁਲਾਕਾਤ ਹੋਈ, ਉਹ ਮੇਰਾ ਵਨ ਆਫ ਮਾਈ ਫੇਵਰਿਟ ਐਂਡ ਵਨ ਆਫ ਦ ਆਲ ਟਾਈਮ ਹਿੱਟ ਮੇਰਾ ਗਾਣਾ ਹੈਗਾ, ਮੌਲਾ ਮੌਲਾਨਾ ਮੈਂਡਾ ਇਸ਼ਕ ਵੀ ਤੂੰ, ਮੈਂਡਾ ਯਾਰ ਵੀ ਤੂੰ, ਮੈਂਡਾ ਦੀਨ ਵੀ ਤੂੰ, ਏ ਮਾਨ ਵੀ ਤੂੰ, ਮੈਂਡਾ ਜਿਸਮ ਮੈਂਡਾ ਯਾਨੀ ਮਾਇਨ ਮੇਰਾ, ਮੈਂਡਾ ਜਿਸਮ ਵੀ ਤੂੰ, ਮੈਂਡੀ ਰੂਹ ਵੀ ਤੂੰ, ਮੈਂਡੀ ਦਿਲੜੀ ਵੀ ਤੂੰ, ਜਿੰਦ ਜਾਨ ਵੀ ਤੂੰ, ਓ ਮੇਰੇ ਮੌਲਾ ਮੌਲਾ. So this is one of my hits. Wow. Amazing. Sorry, mere question pol janda kare ki mere lagda hai main tonu todi awaz suni ja, main todi geet suni ja. Tusi man sirf kis din gaane waste bulao hai, kis musician rakhte na? I think so. I think please karo kam. Apna baith ke ek mehfil kariye. Mehfil aaye. Main isre isre hi baith rahange. Thalle nahi baithange, thalle baithange aur tan thalle bitha rahe. Nahi. ਨਹੀਂ ਅਸੀਂ ਤੁਹਾਡੇ ਨਾਲ ਥੱਲੇ ਬੈਠਾਂਗੇ ਤਾਂ ਅਸੀਂ ਹੋਰ ਚੱਕ ਹੋ ਜਾਵਾਂਗੇ, ਅਸੀਂ ਹੋਰ ਤੁਹਾਡੀ ਤੁਹਾਡੀ ਸੰਗਤ ਕਰਾਂਗੇ, ਹੋਰ ਵਾਂਟ ਟੂ ਪ੍ਰੂਵ ਹੋਰ ਸਕਾਂਗੇ, ਇੱਕ ਆਪਣੇ ਸ਼ੋਅ ਨੂੰ ਇਸ ਤਰ੍ਹਾਂ ਵੀ ਕਰੋ ਕਿ ਇੱਕ ਆਰਟਿਸਟ ਬੁਲਾਓ, ਉਹਦੀ ਜਿਹੜੀ ਕੈਪੇਬਿਲਿਟੀ ਹੈ ਜੀ ਜੀ, ਉਹਦੇ ਮਿਊਜ਼ੀਸ਼ੀਅਨਾਂ ਦੇ ਨਾਲ ਜੀ ਜੀ, ਉਹ ਵਿਖਾਓ ਲੋਕਾਂ ਨੂੰ ਕਿ ਇਹ ਕਮਰੇ ਦੇ ਪਿੱਛੇ ਜਿਹੜਾ ਗਾਣਾ ਗਾਉਂਦੇ ਨੇ ਹਾਂ ਹਾਂ, ਇਹ ਵਰਲਡ ਵਾਈਡ ਸਦਕਾ ਹੀ ਗੁਜ਼ਾਰਾ ਕੀਤੇ, ਹੀ ਗੁਜ਼ਾਰਾ ਸਦਕਾ
ਜਿਵੇਂ ਕਿ ਆਬਵੀਅਸਲੀ ਹਾਰਮੋਨੀਅਮ ਔਰ ਤਬਲਾ ਟ੍ਰੈਡੀਸ਼ਨਲ ਇਨਸਟਰੂਮੈਂਟ ਸਾਡਾ 뮤직 ਹਾਂਜੀ ਇਨਸਟਰੂਮੈਂਟ ਤੁਹਾਡਾ 뮤직 ਸਾਡਾ 뮤직 ਸਾਰਿਆਂ ਦਾ ਹੋ ਗਿਆ ਸਾਡਾ 뮤직 ਇੱਥੇ ਰੱਖ ਹੁਣ ਸਾਡਾ ਹੁਣ ਸਾਡਾ ਵੀ ਹੋ ਗਿਆ ਪਰ ਆਬਵੀਅਸਲੀ ਨਵੇਂ ਇਨਸਟਰੂਮੈਂਟਸ ਤੁਸੀਂ ਇੰਟਰੋਡਿਊਸ ਕਰ ਰਹੇ ਹੋ ਜਿਵੇਂ ਕਿ ਡਰਮ ਬੀਟ ਔਰ ਕੀਬੋਰਡਸ ਵਗੈਰਾ ਉਹ ਤੁਸੀਂ ਫਿਊਜ਼ ਕਰ ਸਕਦੇ ਫਿਊਜ਼ਨ ਹੋ ਗਿਆ ਉਹਦੇ ਵਿੱਚ ਤੁਸੀਂ ਆਪਣਾ ਇੱਕ ਪਾਰਟ ਗਾਓ ਜੀ ਉਹ ਆਪਣਾ ਹਿੱਸਾ ਗਾਣਾ ਸੀ ਆਪਣਾ ਹਿੱਸਾ ਗਾਈਏ ਜੀ ਜੀ ਤੇ ਉਹ ਪਪੂਲਰ ਹੁੰਦੀ ਉਹ ਚੀਜ਼ ਕੀ ਬਾਤ ਹੈ ਉਹ ਸਭ ਤੋਂ ਪਹਿਲੇ ਐਕਸਪੈਰੀਮੈਂਟ ਜਿਹੜਾ ਕੀਤਾ ਸੀ ਆਡੀ ਬਰਮਨ ਸਾਹਿਬ ਨੇ ਕੀਤਾ ਆਪਣੀ ਫਿਲਮਾਂ ਦੇ ਵਿੱਚ ਜੀ ਜੀ ਉਸ ਤੋਂ ਬਾਅਦ ਲੋਕਾਂ ਨੂੰ ਸ਼ਹੂਰ ਆ ਗਿਆ ਕਿ ਜੀ ਜੀ ਰਫਾਕਤ ਅਲੀ ਖਾਨ ਸਾਹਿਬ ਮਾਈ ਪ੍ਰੇਅਰ ਸੁਣੀ ਸਰ ਮਾਈ ਪ੍ਰੇਅਰ ਤੁਹਾਡੇ ਬਹੁਤ ਸੌਰੀ ਮੇਰਾ ਗਲਾ ਠੀਕ ਨਹੀਂ ਸੀ ਮੈਂ ਆਪਕਾ ਗਲਾ ਬਹੁਤ ਅੱਛਾ ਹੈ ਆਪਕਾ ਗਲਾ ਬਹੁਤ ਅੱਛਾ ਹੈ ਮੈਂ ਆਪਕੋ ਜਾਣੇ ਨਹੀਂ ਦਊਂਗਾ ਕੁਝ ਸੁਣ ਕੇ ਕੁਝ ਕਲਾਸਿਕਲ ਸੁਣੂੰਗਾ ਉਸ ਤੋਂ ਪਹਿਲੇ ਪਰ ਮੈਂ ਕਹਿਣਾ ਚਾਹਤਾ ਹਾਂ ਆਪਕਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਇੱਥੇ ਆਏ ਸਾਡੇ ਸਟੂਡੀਓ ਦੇ ਵਿੱਚ ਆਏ ਔਰ ਜਿਨ੍ਹਾਂ ਹੱਥਾਂ ਨੇ ਸਲਾਮਤ ਅਲੀ ਖਾਨ ਨਜ਼ਾਕਤ ਅਲੀ ਖਾਨ ਸਾਹਿਬ ਨੂੰ ਸ਼ੁਕਰੀਆ ਸਾਨੂੰ ਮੌਕਾ ਮਿਲਿਆ ਉਹਨਾਂ ਦੇ ਕੋਲ ਬੈਣ ਦਾ ਸੋ ਸੰਗੀਤ ਤੁਹਾਡਾ ਸਦਾ ਹੀ ਬਰਕਰਾਰ ਰਹੇ ਔਰ ਜਾਣ ਤੋਂ ਪਹਿਲਾਂ ਪਲੀਜ਼ ਤੁਸੀਂ ਆਪਣੀ ਆਵਾਜ਼ ਦੇ ਵਿੱਚ ਕੋਈ ਵੀ ਸੈਮੀ ਕਲਾਸੀਕਲ ਕੁਝ ਵੀ ਬੰਦਿਸ਼ ਸਾਨੂੰ ਜ਼ਰੂਰ ਕੁਛ ਨਾ ਕੁਛ ਸਾਡੀ ਝੋਲੀ ਦੇ ਵਿੱਚ ਪਾ ਕੇ ਬਰਕਾਰ ਤਗਾਈ ਨਦੇ ਨਾਮ ਨੀਰ ਬਰਨ ਵੋ ਮਹਰ ਗਾਈ ਦਾਦਰ ਬਾਬੋ ਪਪੀਆ ਰਬੋ ਲੈ ਦਾਦਰ ਬਾਬੋ ਪਪੀਆ ਰਬੋ ਚਮਕ ਦਿਖੇ ਬੇਜਰੀਆ ਕਹਿ ਦਸਦਾ ਰੰਗ ਰੋਗ ਸ਼ੁੱਧ ਮਲਾਰ ਗਾਈ ਉਮਡ ਗਨ ਗੁਮਡ ਬਰਸਦ ਬਰਕਾਰ ਤਗਾਈ